ਆਪਣੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਆਪਾਂ ਵੀ ਠੀਕ ਠਾਕ ਹਾਂ ਅਤੇ ਆਪਾਂ ਬਠਿੰਡੇ ਆਏ ਸੀਗੇ ਤਾਂ ਉਹਦਾ ਮੇਨ ਕਾਰਨ ਸੀਗਾ ਡੈਡ ਜੀ ਦੇ ਫਰੈਂਡ ਨੇ ਆਉਣਾ ਸੀਗਾ ਉਹਨਾਂ ਨੂੰ ਇੱਥੋਂ ਪਿੱਕ ਕਰਨਾ ਗਾ ਅਤੇ ਥੋੜ੍ਹਾ ਬਹੁਤ ਸਾਡਾ ਕੰਮ ਸੀਗਾ ਉਹ ਅਸੀਂ ਕਰ ਲਿਆ ਤਾਂ ਹੁਣ ਅਸੀਂ ਉਹਨਾਂ ਨੂੰ ਲੈ ਕੇ ਫਿਰ ਘਰ ਨੂੰ ਚੱਲ ਦਿਆਂਗੇ ਅਤੇ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਅਤੇ ਆਪਾਂ ਵੀਰੇ ਲਈ ਖਾਣ ਨੂੰ ਲੈ ਲਿਆ ਥੋੜ੍ਹਾ ਬਹੁਤ ਸਮਾਨ ਵੈਸੇ ਤਾਂ ਉਹ ਡੈਡ ਜੀ ਦੇ ਫਰੈਂਡ ਨੇ ਪਰ ਮੈਨੂੰ ਸ਼ੁਰੂ ਤੋਂ ਹੀ ਆਦਤ ਹੈ ਮੈਂ ਉਹਨਾਂ ਨੂੰ ਵੀਰ ਕਹਿ ਕੇ ਬੁਲਾਉਂਦੀ ਹੈਗੀ ਅਤੇ ਇਸ ਕਰਕੇ ਕਿਸੇ ਨੇ ਗੁੱਸਾ ਨਹੀਂ ਕਰਨਾ ਹੁਣ ਮੈਂ ਪਿਛਲੀ ਸੀਟ 'ਤੇ ਹੋ ਗਈ ਪਹਿਲਾਂ ਹੀ ਮੈਂ ਕਿਹਾ ਕਈ ਵਾਰ ਇੱਥੇ ਟ੍ਰੈਫਿਕ ਹੁੰਦਾ ਬੀਬੀ ਵਾਲੇ ਚੌਂਕ 'ਤੇ ਫਿਰ ਔਖਾ ਹੋਊਗਾ ਜੇ ਬਾਅਦ ਵਿੱਚ ਚੜ੍ਹਾਉਣ ਵਾਲੇ ਜੇ ਜਗ੍ਹਾ ਨਾ ਹੋਈ ਤਾਂ ਇਕੱਲੇ ਚੜ੍ਹ ਜਾਣਗੇ ਉਤਰਨਾ ਚੜ੍ਹਨਾ ਔਖਾ ਹੋ ਜਾਣਾ ਅਤੇ ਇੱਥੇ ਅਸੀਂ ਇੱਕ ਵਾਰੀ ਉਤਰੇ ਸੀ ਤਾਂ ਮੈਂ ਤਾਂ ਸਿੰਘ ਸਾਹਿਬ ਪਟਿਆਲੇ ਜਾ ਕੇ ਆਏ ਸੀਗੇ ਮਾਸੀ ਕੋਲੋਂ ਤੋਂ ਅਸੀਂ ਬੀਬੀ ਵਾਲੇ ਚੌਂਕ 'ਤੇ ਉਤਰ ਗਏ ਸੀਗੇ ਵੀਰ ਜੀ ਆ ਗਏ ਸੀਗੇ ਅਤੇ ਆਪਾਂ ਨੇ ਰਾਤ ਜੂਸ ਪੀ ਲਿਆ ਅਤੇ ਘਰ ਦੇ ਪੀ ਰਹੇ ਆ ਆਪਾਂ ਘਰ ਆ ਗਏ ਹੁਣ ਬਠਿੰਡੇ ਤੋਂ ਵੀਰੇ ਨੂੰ ਨਾਲ ਲੈ ਲਿਆ ਸੀਗਾ ਅਤੇ ਬਹੁਤੀ ਬਾਅਦ 'ਚ ਵੀਡੀਓ ਨਹੀਂ ਬਣਾਈ ਹੈਗੀ ਅਸੀਂ ਘਰ ਆ ਕੇ ਬੈਠ ਕੇ ਬਹੁਤ ਗੱਲਾਂ ਬਾਤਾਂ ਕੀਤੀਆਂ ਕਿੰਨਾ ਚਿਰ ਹੋ ਗਿਆ ਅਸੀਂ ਗੱਲਾਂ ਬਾਤਾਂ ਹੀ ਕਰੀ ਜਾਂਦੇ ਹਾਂ ਅਤੇ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਮੰਮੀ ਇਕੱਲੇ ਸਬਜ਼ੀ ਵੀ ਬਣਾਇਆ ਏ ਜਾ ਕੇ ਕੱਟੀ ਵਾਰ ਸੀਗੀ ਮੈਂ ਅਤੇ ਪਰ ਬਣਾ ਕੇ ਮੰਮੀ ਆਏ ਨੇ ਕਿਉਂਕਿ ਪਿਛਲੇ ਦਿਨਾਂ 'ਚ ਮੇਰੇ ਤੋਂ ਕੋਈ ਵੀ ਪ੍ਰੋਪਰ ਵੀਡੀਓ ਨਹੀਂ ਬਣ ਸਕੀ ਹੈਗੀ ਮੇਰੀ ਸਿਹਤ ਨਾ ਠੀਕ ਹੋਣ ਕਰਕੇ ਹੁਣ ਮੈਂ ਵੈਸੇ ਕਾਫੀ ਠੀਕ ਆ ਪਹਿਲਾਂ ਨਾਲੋਂ ਲੱਤ ਵੀ ਠੀਕ ਆਏਗੀ ਪਰ ਜਦੋਂ ਹੀ ਮੈਂ ਆਹ ਗੱਲ ਕਹਿ ਦਿੰਦੀ ਹਾਂ ਉਦੋਂ 'ਤੇ ਫਿਰ ਲੱਤ ਦੁਖਣ ਲੱਗ ਜਾਂਦੀ ਆ ਅਤੇ ਅੱਜ ਆਪਾਂ ਤੁਹਾਨੂੰ ਵੀਰੇ ਨਾਲ ਮਿਲਾਉਂਦੇ ਹਾਂ ਕਾਫੀ ਜਾਣੇ ਵੀਰੇ ਨੂੰ ਜਾਣਦੇ ਹੋਣਗੇ ਕਿਉਂਕਿ ਵੀਰੇ ਹੁਣੀ ਵੀ ਵੀਡੀਓ ਬਣਾਉਂਦੇ ਨੇਗੇ ਸ਼ਾਰਟ ਮੂਵੀਸ ਬਣਾਉਂਦੇ ਹੈਗੇ ਵੀਡੀਓ ਸ਼ਾਰਟ ਵੀਡੀਓ ਹੁੰਦੀਆਂ ਨੇ ਜਿਹੜੀਆਂ ਸਟੋਰੀਸ ਵਾਲੀਆਂ ਅਤੇ ਕਾਫੀ ਜਾਣੇ ਦੇਖਦੇ ਆ ਮਾਸੀ ਪਟਿਆਲੇ ਵਾਲੇ ਜ਼ਰੂਰ ਦੇਖਦੇ ਹੁੰਦੇ ਨੇਗੇ ਉਹ ਉਹ ਉਹਨਾਂ ਨੇ ਦੱਸਦੇ ਹੁੰਦੇ ਆ ਜਦੋਂ ਦੇਖਦੇ ਹੁੰਦੇ ਆ ਉਹਨਾਂ ਨੂੰ ਸਟੋਰੀ ਦੱਸਦੇ ਹੁੰਦੇ ਆ ਤਾਂ ਵੀਰੇ ਨੇ ਮਤਲਬ ਜਿਵੇਂ ਹੈ ਨਾ ਵੀਰੇ ਦੀ ਆਵਾਜ਼ ਬਹੁਤ ਸੋਹਣੀ ਹੈਗੀ ਤਾਂ ਵੀਰੇ ਨੇ ਸ਼ਬਦ ਵੀ ਇੱਕ ਉਹ ਸੀਗਾ ਮਨ ਨਾ ਮੁੱਲਾ ਸ਼ਾਇਦ ਤਾਂ ਵੀਰੇ ਮਤਲਬ ਆਪਾਂ ਅੱਜ ਉਹ ਵੀਰੇ ਤੋਂ ਨਾਲੇ ਉਹ ਸੁਣਾਂਗੇ ਪਹਿਲਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂਗੇ ਡੈਡੀ ਸ਼ਾਂਤ ਕਾਹਤੋਂ ਹੋਏ ਬੈਠੇ ਆ ਤੁਹਾਡੇ ਫਰੈਂਡ ਆਏ ਆ ਤੁਹਾਨੂੰ ਖੁਸ਼ ਹੋਣਾ ਚਾਹੀਦਾ ਅਸੀਂ ਬੜੇ ਲੰਮੇ ਅਰਸੇ ਤੋਂ ਇੱਕ ਦੂਜੇ ਨਾਲ ਜੁੜਿਆਂਗੇ ਅਤੇ ਮਨੀ ਪੜ੍ਹਦੀ ਸੀਗੀ ਅਤੇ ਉਹ ਸਮੇਂ ਦੇ ਚਲੋ ਅੱਜ ਵੀ ਉਹ ਜਿਹੜਾ ਪਿਆਰ ਮੁਹੱਬਤ ਸਾਡਾ ਉਵੇਂ ਬਣਿਆ ਹੋਇਆ ਨਾ ਇਹ ਬਹੁਤ ਖੁਸ਼ੀ ਦੀ ਗੱਲ ਹੈਗੀ ਕਿਉਂਕਿ ਇਹ ਹੁੰਦਾ ਵੀ ਚੱਲ ਜ਼ਿੰਦਗੀ ਦੇ ਵਿੱਚ ਬਹੁਤ ਲੋਕ ਆਉਂਦੇ ਆ ਪਰ ਉਹ ਕੁਝ ਸਮੇਂ ਲਈ ਹੁੰਦੇ ਆ ਨਾ ਪਰ ਕੁਝ ਕੁ ਲੋਕ ਐਸੇ ਆ ਵੀ ਜਿਹੜੇ ਜਿਹਨਾਂ ਨਾਲ ਅਸੀਂ ਬਹੁਤ ਲੰਮਾ ਸਮਾਂ ਵਰਤਦੇ ਹਾਂ ਨਾ ਭਾਜੀ ਉਹਨਾਂ ਦਾ ਸੁਭਾਅ ਭੈਣ ਜੀ ਉਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਅਤੇ ਮਨੀ ਹੁਣਿਆਂ ਨਾਲ ਬੜਾ ਬਹੁਤ ਜ਼ਿਆਦਾ ਮੁਹੱਬਤ ਆ ਪਿਆਰ ਮੁਹੱਬਤ ਔਰ ਲੰਮੇ ਸਮੇਂ ਤੋਂ ਨਾ ਇਹ ਕੁਦਰਤੀ ਹੁੰਦਾ ਵੀ ਜਦੋਂ ਸਾਡੇ ਸੁਭਾਅ ਸਾਰਿਆਂ ਦੇ ਉਹ ਕੁਦਰਤੀ ਮੇਲ ਖਾਂਦੇ ਆ ਹੈ ਨਾ ਉਹ ਤਾਂ ਕਰਕੇ ਜਿਹੜੇ ਸਾਡੇ ਉਹ ਪ੍ਰੇਮ ਆ ਲੰਮਾ ਸਮਾਂ ਚੱਲ ਜਾਂਦਾ ਹੈ ਨਾ ਇਸ ਕਰਕੇ ਭਾਜੀ ਉਹਨਾਂ ਨਾਲ ਦੁੱਖ ਸੁੱਖ 'ਚ ਬਹੁਤ ਖੜਦੇ ਭਾਜੀ ਹੁਣੀ ਅਤੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਵੀ ਇਹ ਮੇਰੇ ਭਰਾਵਾਂ ਤੋਂ ਵੱਧ ਕੇ ਮੇਰਾ ਸਾਥ ਹੈ ਕੋਈ ਇਹ 'ਚ ਫਾਰਮੈਲਿਟੀ ਵਾਲੀ ਗੱਲ ਨਹੀਂ ਹੈਗੀ ਲੰਮੇ ਸਮੇਂ ਤੋਂ ਔਰ ਅੱਜ ਦੇ ਨਹੀਂ ਕਿੰਨੇ ਸਾਲਾਂ ਤੋਂ ਪੰਦਰਾਂ ਵੀਹ ਸਾਲ ਆਮ ਲੋਕ ਤਾਂ ਵੇਖਿਆ ਵੀ ਮਸਲ ਕੱਢਿਆ ਤੇ ਗਏ ਮੈਂ ਇੱਕ ਗੱਲ ਅੱਜ ਦੱਸਣੀ ਆ ਵੀ ਕਈ ਵਾਰ ਮੈਂ ਦੱਸਿਆ ਵੀ ਆ ਵੀਡੀਓ ਦੇ ਵਿੱਚ ਜਿਵੇਂ ਨਾ ਕਈ ਗੱਲ ਹੁੰਦੀ ਸੀਗੀ ਵੀ ਡੈਡੀ ਨੇ ਜਿਹੜੀ ਗੱਲ ਸਾਡੀ ਨਾ ਮੰਨਣੀ ਮੇਰੀ ਜਾਂ ਰਿੱਕੀ ਦੀ ਫਿਰ ਅਸੀਂ ਵੀਰੇ ਨੂੰ ਫੋਨ ਕਰਨਾ ਤਾਂ ਵੀਰੇ ਨੇ ਬਸ ਫਿਰ ਵੀਰੇ ਨੇ ਐਂ ਕਹਿਣਾ ਕਹਿੰਦੇ ਕੋਈ ਨਾ ਪੁੱਤ ਵੀਰੇ ਨੇ ਕਹਿ ਦੇਣਾ ਮੈਂ ਗੱਲ ਕਰੂੰਗਾ ਭਾਅ ਨਾਲ ਮੈਂ ਵੀ ਗੱਲ ਕਰਕੇ ਫਿਰ ਮੈਂ ਜਿਹੜੀ ਜਿੱਥੇ ਵੀ ਕੋਈ ਸਾਡਾ ਕੰਮ ਅੜ ਜਾਣਾ ਫਿਰ ਅਸੀਂ ਵੀਰੇ ਨੂੰ ਚਲੋ ਦੇਖੋ ਗੱਲ ਇਹ ਸਾਡਾ ਪਿਆਰ ਆ ਦੋਨੋਂ ਭਰਾਵਾਂ ਦਾ ਕੁਦਰਤੀ ਹੈ ਨਾ ਹੁਣ ਮਣੀ ਲੁਧਿਆਣੇ ਜਦੋਂ ਪੜ੍ਹਦੀ ਸੀਗੀ ਵੀਰੇ ਐਂ ਗੱਲ ਐਂ ਵਾ ਪੁੱਤ ਕੋਈ ਗੱਲ ਨਹੀਂ ਮੁੜੇ ਲਓ
पटियाले होस्टल च गई किन्ने बार दस्या साडी मतलब फैमिली कंडीशन एवें दीआं सीगीआं डैडी दे वी वास्ती गल नहीं सीगी मैनू मैं उत्थे रेंट भरना सीगा डैडी कई बार फिर जो मतलब बंदे नू टेंशन हुंदी आ पैसिआं दी वी हुण किवें करनी आ डैडी मैनू कहिंदे ना भाई मैं नहीं कुछ कर सकदा मुड़िया तू ते मैं वीरे नू फोन कीता मैं कहा वीरे आ गल आ वीरे ने डैडी नू फोन कीता डैडी नू कहा कहिंदे भी जो बच्चा घरों बाहर रहिंदा ना जे उहदे जेब च पैसे हुंदे आ बच्चा किसे दा एहसान नहीं झलदा हैगा भी ਉਹ ਟੈਨਸ਼ਨ ਫਰੀ ਹੋ ਕੇ ਜਿਉਂ ਸਕਦਾ ਗਾ ਜੇ ਪੈਸਿਆਂ ਕੰਨੀ ਉਹਨੂੰ ਕੋਈ ਤੰਗੀ ਨਹੀਂ ਫਿਰ ਜਦੋਂ ਵੀਰੇ ਨੇ ਡੈਡੀ ਨੂੰ ਸਮਝਾਇਆ ਤਾਂ ਡੈਡੀ ਨੇ 2000 ਦੀ ਥਾਂ ਤੇ 50,000 ਰੁਪਇਆ ਪਵਾ ਤਾ ਉਹ ਬੜੀ ਵੱਡੀ ਗੱਲ ਸੀ ਹੈ ਨਾ ਚਲੋ ਕੁਦਰਤੀ ਹੈ ਅਸਲ ਕਿ ਨਾ ਹਾਲਾਤ ਹੀ ਐਡੇ ਮਾੜੇ ਸੀ ਬਈ ਨਹੀਂ ਪੈਸਾ ਮਿਲਦਾ ਸੀਗਾ ਬੁਰਾ ਹਾਲ ਸੀਗਾ ਠੀਕ ਹੈ ਬਿਲਕੁਲ ਪਰਮਾਤਮਾ ਨੇ ਜੀ ਪਰ ਕੁਦਰਤੀ ਮੁਹੱਬਤ ਸੀ ਬਣੀ ਇੱਕ फिर जो रिकी ने बाहर जाना सीगा मतलब ओदो भी जो रिकी दे पैसे भरने हुंदे सीगे फिर वीरे ने मतलब डैडी नूं समझाउणा भी कोई ना बच्चियां दी जिंदगी बन जूगी एक वारी औखे हो जाओगे ते मतलब औखे सौखे समय दे विच इक दूजे दा साथ बहुत दित्ता आ बिल्कुल बिल्कुल ओ गल ए है भी देखो आपां बच्चियां दे भविष्य वास्ते तुरे फिरदे आ ना भी बच्चे दा आए बण जे बच्चे दा आए बण जे बच्चियां वास्ते भजे फिरदे दिन रात है ना ते ओ फिर गल जदों चलदी सी भाजी उहनां नाल फिर मैं इही कहिंदा हुंदा सी भाजी कोई गल नहीं भी बच्चियां देखो बच्चे की चाहुंदे आ है ना फिर बेटे ने पहले तो मनदा नहीं सी मैं आइलैट्स कर लां ना बिल्कुल नहीं मैं नहीं जाना उत्थे बाहर चलो कुदरती कोई मेहर होई है ना उन्हें आइलैट्स किया पास हो गया तो चलो फिर विद बनती बनती चलो बेटा मतलब कि ज बहुत औखे हो के बंदे बाहर जाते हैं पर बेटे कोई मतलब कि ज्यादा नहीं पर जिदा गुरु साहब की कोई मेहर होंगी है जो है ना वो टुटता उदों अपने आप रास्ते खुल जाते हैं वो ऐसे रिक्की के रास्ते खुले बेटा बग गया तो बाद मणि चली गई तो कुदरती चलो गुरु साहब का उसकी कृपा कह ली रहमत कह ली ने बहुत बड़ी गल है जो बच्चों वास्ते मां भाजी तुरे फिरते हैं भी दिल खोल के इन्होंने कर दो जो कुछ करना जो इतने कोई कंजूसी ना करो है ना क्योंकि बच्चों वास्ते बच्चे का भविख बन गया हूँ कई बार गल् चलते हैं मां भाजी देखो हरेक बंदा चाहते साढ़े बच्चे का भविख बने ठीक है ना बच्चे थोड़े तो दोनों कनेडा बैठे है कि है तुम आपकी मौजा नजारे लुट्टो बोले बटो कह रहा ना वा तुम नजारे लो भाजी हौसला दिंदे सीगे भी कोई ना भी रब आपे बांह फड़ूगा भी कंजूसी ना करो भी औखे हो के कर दो भावे बिलकुल बिलकुल आपां नूं ये भी मान सी बच्चे बहुत वधिया बेटा बहुत वधिया मतलब कि खर्चीला नहीं हैगा ਉਹ ਜਿੱਦਾਂ ਪਹਿਲਾਂ ਹੁਣ ਮਿਲਿਆ ਤਾਂ ਉਹ ਹੈ ਨਹੀਂ ਮੇਰੇ ਇੱਕ ਵਾਰ ਵੀ ਪਰ ਮਣੀ ਰਾ ਦੇ ਨਿਕਲੀ ਵੀਰੇ ਉਹਦਾ ਬਹੁਤ ਕੰਜੂਸ ਹੈ ਕਿਤੇ ਬਾਹਰ ਹੀ ਨਹੀਂ ਉਹਨੇ ਜਾਣਾ ਕਿਸੇ ਨਾਲ ਮੇਲ ਮਿਲਾਪ ਨਹੀਂ ਅਸੀਂ ਹੁਣ ਕਨੇਡਾ ਹੈਗਾ ਵੀ ਆਪਦੇ ਕੰਮ ਪ੍ਰਤੀ ਮਤਲਬ ਕਿ ਪੂਰਾ ਵਫਾਦਾਰ ਮਿਹਨਤ ਕਰਨੀ ਪੂਰੀ ਘਰੇ ਆ ਜਾਣਾ ਕਿਤੇ ਬਾਹਰ ਘੁੰਮਣ ਨਹੀਂ ਜਾਣਾ ਵਾ ਇਸ ਤੋਂ ਬਾਅਦ ਹੋਰ ਕੀ ਚਾਹੀਦਾ ਸਾਨੂੰ ਇਸ ਤੋਂ ਬਾਅਦ ਕਿੱਡੀ ਵੱਡੀ ਗੱਲ ਹੈ ਸੋਚ ਕੇ ਦੇਖੋ ਕਿਸੇ ਯਾਰ ਦੋਸਤ ਨੂੰ ਕਿਸੇ ਨੂੰ ਕਰਦਾ ਉਸ ਮੈਨੂੰ ਕਰਦਾ ਬਿਲਕੁਲ ਇੰਨੀ ਵਧੀਆ ਗੱਲ ਹੈ ਵੀ ਆਪਦਾ ਨਾ ਕਿੰਨਾ ਵਧੀਆ ਵਧੀਆ ਹੁਣ ਉਹਨੇ ਦੱਸ ਰਹੇ ਸੀ ਤੇ ਰਿੱਕੀ ਨੂੰ ਮੁਬਾਰਕਾਂ ਵੀ ਦੇ ਦੇ ਭਾਜੀ ਗੱਡੀ ਲੈਣੀ ਹੈ ਤੇ ਰਿੱਕੀ ਨੂੰ ਪਾਰਟੀ ਵੀ ਲੈਣੀ ਹੈ ਤੇ ਪਾਰਟੀ ਵੀ ਰਿੱਕੀ ਹੋ ਗਈ ਵੀਰੇ ਤੇ ਇਸ ਕਰਕੇ ਬਈ ਇਹ ਬਹੁਤ ਵੱਡੀ ਗੱਲ ਹੈ ਬੇਟੇ ਨੇ ਗੱਡੀ ਲੈਣੀ ਮਿਹਨਤ ਕੀਤੀ ਹੈ ਨਾ ਤੇ ਅੱਗੇ ਮਿਹਨਤ ਚਲੋ ਕਰ ਰਹੇ ਨੇ ਬੱਚੇ ਬਹੁਤ ਖੁਸ਼ੀ ਦੀ ਗੱਲ ਹੈ ਨਾ ਬਹੁਤ ਵੱਡੀ ਗੱਲ ਹੈਗੀ ਹੈ ਨਾ ਚਲੋ ਹੁਣ ਆਪਾਂ ਸ਼ਬਦ ਕੇ ਸੁਣ ਲਈਏ ਕਿਉਂਕਿ ਵੀਡੀਓ ਕਾਫੀ ਲੰਬੀ ਗੱਲਾਂ ਬਾਤਾਂ ਹੋ ਗਈਆਂ ਤੇ ਹੁਣ ਆਪਾਂ ਤੁਹਾਨੂੰ ਵੀ ਸੁਣਾਵਾਂਗੇ ਮੈਂ ਤਾਂ ਵੈਸੇ ਬਹੁਤ ਵਾਰ ਸੁਣਿਆ ਹੋਇਆ ਆ ਪਰ ਵੀਰੇ ਦੀ ਆਵਾਜ਼ ਬਹੁਤ ਸੋਹਣੀ ਹੈਗੀ ਹਾਂਜੀ ਚਲੋ ਸ਼ਾਬਾ ਸ਼ਬਦ ਕਰ ਦੇਾਂਗੇ ਤੇ ਪਿੱਛੇ ਰਿਕਾਰਡ ਕਰਾਇਆ ਸੀ ਲੰਮਾ ਸਮਾਂ ਹਨਾ ਤੇ ਈਸ਼ਰ ਟੀਵੀ ਤੇ ਸ਼ਬਦ ਹੈਗਾ ਔਰ ਬਹੁਤ ਵਧੀਆ ਸਟੂਡੀਓ 'ਚ ਕੀਤਾ ਸੀ ਰਿਕਾਰਡ ਬੜਾ ਸੋਹਣਾ ਪਿਆਰਾ ਹੋਇਆ ਹੈਗਾ ਤੇ ਆਪਾਂ ਚਲੋ ਅਸਥਾਈ ਅੰਤਰਾ ਗਾ ਲੈਂਦੇ ਹਾਂ ਥੋੜ੍ਹਾ ਹਨਾ ਮਰ ਨਾਮ ਲਾ
मरना मुल्ला मरना पीकर तारो डरना पीकर तारो डरना मरना मुल्ला मरना सोई मौला जिन जग मौलिया हरिया किया संसारो आप खाक जिन बंद रहाई तन सिर जन हारो पी कर तारो डरना पी कर तारो डरना मरना मुल्ला मरना ता तू मुल्ला ता तू काजी जान है नाम खुदाई जे बहु तेरा पढ़िया होवे को रह न परिया पाई पीकर तारो डरना पीकर तारो डरना मरना मुल्ला मरना मरना मुल्ला मरना सोई काजी जिन आप तजिया एक नाम किया आधारो है पी हो सी जाए ना जासी सच्चा सिर जन हारो पी कर तारो डरना पी कर तारो डरना मरना मुल्ला मरना मरना मुल्ला मरना पंज वक्त निवाज गुजारे पढ़े कतेब कुराना नानक आखे गौर से देई रही ओ पीना खाना नानक आखे गौर से देई रही ओ पीना खाना पी कर तारो डरना पी कर तारो डरना मरना मुल्ला मरना मरना मुल्ला मरना शब्द सुनिया उम्मीद कर वधिया लग्या होवे म्यूजिक दे नाल चेक करना होया ता ईशर टीवी ते चेक कर सकदे हो हां जी जगतार सिंह लिख के ते तुसी उम्मीद करदे आ तुसी प्यार दवोंगे वीरे दी वीडियो देखियो तुसी हो सकया मैं लिंक शेयर कर दूंगी ते आपां ए वीडियो दे इत्थे एंड करदे आ सारयां नूं प्यार भरी सत श्री अकाल।